ਪਰਨੀਤ ਕੌਰ ਨੂੰ ਕਾਂਗਰਸ ਦੀ ਪਿੱਛੇ ਛੁਰਾ ਘੁੰਮਣ ਵਾਸਤੇ ਔਰ ਅਜਿਹੇ ਮੌਕੇ ਲੋੜ ਸੀ ਮੋਦੀ ਨੂੰ ਲੜ ਵਾਸਤੇ, ਜਿਹੜੇ ਮੋਦੀ ਦੀ ਗੋਦੀ ਜਾ ਬੈਠਾ ਟੱਬਰ ਉਹਦੀ ਸਜ਼ਾ ਦਿੱਤੀ। ਇੱਕ ਕਨਈਆ ਮਿੱਤਲ ਵੱਲੋਂ ਬੜਾ ਪ੍ਰਚਾਰ ਕੀਤਾ ਨਵੀਂ ਜਾਗਰਣ ਦੀ ਆੜ ਦੇ ਵਿੱਚ, ਜਿਹੜਾ ਜੋ ਰਾਮ ਕੋਲ ਆਇਆ ਵੀ ਲੱਗਦਾ ਵੀ ਉਹਦਾ ਵੀ ਇਫੈਕਟ ਜਿਹੜਾ ਭਾਜਪਾ ਨੂੰ ਪ੍ਰਚਾਰ ਕੀਤਾ ਸੀ ਕਨਈਆ ਮਿੱਤਲ ਵੱਲੋਂ ਥੋੜਾ ਬਹੁਤਾ ਫਰਕ ਪਊਗਾ, ਪਰ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਤੇ ਇਹਨਾਂ ਦੀ ਰਾਜਨੀਤੀ ਦੀ ਹਾਰ। ਹਲਕੇ ਦੀ ਗੱਲ ਕਰਾਂਗੇ, ਪੰਜਾਬ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੇ ਕਿ ਪ੍ਰਣਾਲੀ ਪਰਨੀਤ ਕੌਰ ਜਿੱਤੀ ਹੈ, ਆਖਰ ਕਾਰਨ ਕੀ ਸਮਝਦੇ ਹੋ? ਦੇਖੋ ਤੇ ਬਹੁਤ ਕਾਰਨ ਨੇ ਹੈਗਾ, ਉਹਨਾਂ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ, ਸ਼ਾਹੀ ਖਾਨਦਾਨ ਬਹੁਤ ਲੋਕੀ ਇਤਿਹਾਸਕ ਤੌਰ ਤੇ ਜੁੜੇ ਹੋਏ ਆ, ਬਹੁਤ ਲੋਕਾਂ ਨੇ ਇਹਨਾਂ ਜ਼ਮੀਨਾਂ ਦਿੱਤੀਆਂ, ਪੱਟੇ ਦਿੱਤੇ ਜਦੋਂ ਉੱਜੜ ਕੇ ਆਏ ਨੇ ਉੱਥੋਂ। ਬਾਕੀ ਦਲਿਤ ਬਸਤੀਆਂ ਵਿੱਚ ਇਹਨਾਂ ਦਾ ਪ੍ਰਭਾਵ ਉੱਥੇ ਕਈ ਤਰ੍ਹਾਂ ਨਾਲ, ਔਰ ਦੂਜੇ ਮੈਂ ਕਹਿ ਰਿਹਾ ਇਹਨਾਂ ਨੇ ਹੋਰ ਵੀ ਕਈ ਢੰਗ ਤਰੀਕੇ ਵਰਤੇ ਆ, ਜਿਹਨਾਂ ਦਾ ਇੱਕ ਤਾਂ ਇਹਨਾਂ ਰਾਮ ਮੰਦਰ ਨੂੰ ਵਰਤਿਆ ਹੈਗਾ, ਸਮਾਣੇ ਵਿੱਚ ਗਏ ਤਾਂ ਉੱਥੇ ਕਹਿਣਗੇ ਰਾਮ ਮੰਦਰ ਦਾ ਪ੍ਰਸ਼ਾਦ ਆਇਆ ਹੈਗਾ, ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਇਹ ਧਰਮ ਦਾ ਪੱਤਾ ਵਰਤਿਆ ਹੈਗਾ, ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮ ਪੱਖ ਮੁਲਕ ਵਿੱਚ, ਉਹ ਬਹੁਤ ਗਲਤ ਕੀਤਾ ਇਹਨਾਂ ਨੇ। ਇਹਨਾਂ ਨੇ ਰਾਮ ਦੇ ਨਾਂ ਨੂੰ ਖੂਬ ਸਿਆਸੀ ਤੌਰ 'ਤੇ ਵਰਤਿਆ ਹੈਗਾ, ਕਿ ਮੈਂ ਇਹਦੀ ਨਿਖੇਧੀ ਕਰਦਾ ਹੈਗਾ, ਔਰ ਇਹਨਾਂ ਨੇ ਕੁਛ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਆ ਅਤੇ ਨਸ਼ਾ ਵੀ ਵੰਡਿਆ ਹੈਗਾ। ਅਸੀਂ ਨਾ ਤਾਂ ਪੈਸੇ ਵੰਡੇ, ਨਾ ਨਸ਼ਾ ਵੰਡਿਆ, ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤਿਆ। ਸਾਡੀ ਖੂਬੀ ਇਹੀ ਹੈ ਕਿ ਕਾਂਗਰਸ ਪਾਰਟੀ ਧਰਮ ਪੱਖ ਪਾਰਟੀ ਹੈ, ਹਰੇਕ ਧਰਮ ਦਾ ਬਰਾਬਰ ਸਤਿਕਾਰ ਕਰਦੀ ਹੈ, ਔਰ ਧਰਮ ਨੂੰ ਰਾਜਨੀਤੀ ਵਾਸਤੇ ਨਹੀਂ। ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ? 14,600 ਕੁਛ ਹੈ ਜੀ। ਲੀਡ ਵੱਧ ਸਕਦੀ ਸੀਗੀ ਜੇਕਰ ਸਾਡੀ ਮਤਲਬ ਜਿਹੜੀ ਸਾਡੇ ਕੁਛ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ, ਅਤੇ ਕੁਛ ਜਿਹੜਾ ਰਾਮ ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤਿਆ ਉਹਦਾ ਵੀ ਫਰਕ ਪਿਆ ਹੈਗਾ, ਜਿਹੜਾ ਇਹਨਾਂ ਨੇ ਧਨ ਬਲ ਦਾ ਪ੍ਰਯੋਗ ਕੀਤਾ, ਧਨ ਦਾ ਪ੍ਰਯੋਗ ਕੀਤਾ ਹੈਗਾ, ਨਸ਼ਾ ਦਾ ਪ੍ਰਯੋਗ ਕੀਤਾ, ਉਹਦਾ ਹੀ ਫਰਕ ਪਿਆ ਹੈਗਾ। ਜਿਸ ਕਰਕੇ ਸਾਡੀ ਲੀਡ 50 ਨਹੀਂ, ਸਾਡੀ ਲੀਡ 15,000 ਬਣਨ ਜਾ ਰਹੀ ਹੈ ਜਾਂ ਨੀਤੀਸ਼ ਕੁਮਾਰ ਨੇ ਅਮਿਤ ਸ਼ਾਹ ਦਾ ਫੋਨ ਚੱਕਣਾ ਬੰਦ ਕਰ ਦਿਆ? ਤੁਹਾਨੂੰ ਲੱਗਦਾ ਇੰਡੀਆ ਗਠਬੰਧਨ ਦੀ ਸਰਕਾਰ ਬਣੇਗੀ? ਲਾਜ਼ਮੀ ਬਣੂਗੀ, ਇੰਡੀਆ ਗਠਬੰਧਨ ਦਾ ਇੱਕ ਹਿੰਦੁਸਤਾਨ ਦਾ ਫਿਊਚਰ ਹੈਗਾ। ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ, ਜਿੰਨੀਆਂ ਇੰਡੀਆ ਗਠਬੰਧਨ ਨੇ ਮਿਹਨਤ ਕੀਤੀ ਹੈ, ਔਰ ਜਿਹੜੇ 400 ਪਾਰ ਕਰਦੇ ਸੀ ਉਹ 300 ਥੱਲੇ ਅਟ ਗਏ ਹੈਗੇ ਆ, ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਤੌਰ 'ਤੇ ਜਿਹੜੀ ਹੈਗੀ ਹੈ ਨਵੀਨ ਪਟਨਾਇਕ ਦੀ ਪਾਰਟੀ BJD, ਉਹਨੂੰ ਜਿਸ ਤਰ੍ਹਾਂ ਇਹਨੇ ਖੁੱਡੇ ਲੈਣ ਲਾਇਆ, ਜਿਸ ਤਰ੍ਹਾਂ ਉਹਨਾਂ ਦੇ ਮਤਲਬ ਉਹਨਾਂ ਦੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ, ਔਰ ਨਿਤੀਸ਼ ਕੁਮਾਰ ਜਿਹਨਾਂ ਨੂੰ ਇਹ ਲਗਾਤਾਰ ਜਲੀਲ ਕਰਦੇ ਰਹੇ ਉਹਨਾਂ ਜੁਆਇਨ ਕਰਨ ਤੋਂ ਬਾਅਦ, ਉਹ ਦੋਨੇ ਧਿਰਾਂ ਸਾਡੇ ਨਾਲ ਗੱਲਬਾਤ ਕਰੇ, ਅਸੀਂ ਬਹੁਤ ਜਲਦੀ ਉਹਨਾਂ ਗੱਲਬਾਤ ਨਿਬੇੜ ਕੇ ਤੁਹਾਡੀ ਕੋਈ ਸੀਨੀਅਰ ਲੀਡਰਸ਼ਿਪ 272 ਜਾਦੂਮਈ ਅੰਕੜਾ ਅਸੀਂ ਪਾਰ ਕਰ ਲਾਂਗੇ। ਤੁਹਾਡੀ ਕੋਈ ਸੀਨੀਅਰ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿੱਲ ਦਾ ਵੀ ਜਿਹੜਾ ਜਾਦੂਨੀ ਪਟਿਆਲੇ ਦੇ ਜਿਹੜਾ ਜ਼ੀਰੋ ਬਿੱਲ ਦੀ ਬੜੀ ਵੱਡੀ ਰਣਨੀਤੀ, ਗਰੀਬ ਵਰਗ ਵਿੱਚ ਬਹੁਤ ਚੱਲਿਆ ਹੈਗਾ, ਜ਼ਰੂਰ ਚੱਲਿਆ ਹੈਗਾ, ਤਾਂ ਹੀ ਆਮ ਆਦਮੀ ਪਾਰਟੀ ਇੰਨੀ ਵੋਟਾਂ ਲੈਣ 'ਚ ਕਾਮਯਾਬ ਹੋਈ ਹੈ। ਡਾਕਟਰ ਸਾਹਿਬ ਗੁਪਤ ਵੋਟ ਦੀ ਗੱਲ ਕੀਤੀ ਯਾਰ ਵੀ, ਕਿ ਤੁਹਾਡੇ ਜਿਹੜੇ ਵਰਕਰ ਦੌਰ ਤੋਂ ਉਹਦੇ ਖਿਲਾਫ ਸੀ, ਤੁਹਾਡੀ ਗੁਪਤ ਵੋਟ ਕਿਤਨਾ ਕਿਤੇ BJP ਨੂੰ ਪਈ ਹੈ? ਕੋਈ ਨਾ ਗੱਲਾਂ ਨਾ ਤਾਂ ਪੱਕਾ ਕਿਹਾ ਜਾ ਸਕਦਾ, ਨਾ ਇਹਨੂੰ ਰੱਦ ਕੀਤਾ ਜਾ ਸਕਦਾ ਹੈਗਾ। ਸਰ ਸੀਨੀਅਰ ਲੀਡਰਸ਼ਿਪ ਨਾਲ ਕੋਈ ਗੱਲਬਾਤ ਹੋਈ ਹੈ? ਕੋਈ ਗੱਲਬਾਤ ਹੋਈ ਹੈ ਮੇਰੇ ਨਾਲ? ਹੋਊ ਰਾਤ ਨੂੰ ਕੋਈ ਵਧਾਈ ਵਧੀ ਦਾ ਕੋਈ ਨਹੀਂ, ਮੈਂ ਜੇ ਨੀਅਤ ਤਾਂ ਅੱਜ ਤਾਂ ਹੁਣ ਰਿਜ਼ਲਟ ਹੁਣ ਡਿਕਲੇਅਰ ਹੋਇਆ, ਦੇਖਿਆ ਸ਼ਾਮ ਤੱਕ। ਤੁਸੀਂ ਸੰਪਰਕ ਦਾ ਜ਼ਿਕਰ ਕਰ ਰਹੇ ਹੋ ਜੀ, ਤੁਹਾਡੇ ਨਾਲ ਸੰਪਰਕ ਦੇ ਵਿੱਚ ਨਹੀਂ ਆ? ਨਹੀਂ, ਕੇਂਦਰੀ ਲੀਡਰਸ਼ਿਪ ਨਾਲ ਸੰਪਰਕ ਸੀ ਨਾ ਜੀ, ਔਰ ਤੁਹਾਨੂੰ ਲੱਗਦਾ ਵੀ ਜੇ ਨਵਜੋਤ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸ਼ਾਇਦ ਵੋਟ ਬੈਂਕ 'ਚ ਥੋੜ੍ਹਾ ਫਰਕ ਪੈਂਦਾ? ਮੈਂ ਦੇਖੋ ਉਹਨਾਂ ਨੂੰ ਮੈਂ ਕਿਹਾ ਨਹੀਂ, ਜੀਤ ਹੈਗੀ ਹੈ, ਮੈਂ ਇਸ ਨਾਲ ਥੋੜ੍ਹਾ ਭਾਜੀ ਲੋਕ ਬਿੱਟੂ ਸੋਇਟ ਕਰੀ ਲੋਕ ਕਰ ਸਕਦਾ, ਉਹਨਾਂ ਦੀ ਮਾਨਸਿਕ ਹਾਲਤ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ, ਮੈਂ ਚੰਗੀ ਤਰ੍ਹਾਂ ਵਾਕਫ ਸੀਗਾ, ਇਸ ਕਰਕੇ ਮੈਂ ਖੁਦ ਵੀ ਨਹੀਂ ਚਾਹੁੰਦਾ ਕਿ ਉਹ ਆਪਣੇ ਪਰਿਵਾਰ ਦੀ ਸਾਲਤ ਵਿੱਚੋਂ ਮੇਰੇ ਵਾਸਤੇ ਤੁਰੇ ਪੈਣ ਜਾਂ ਮੇਰੇ ਵਾਸਤੇ ਪ੍ਰਚਾਰ ਕਰਨਾ। ਡਾਕਟਰ ਸਾਹਿਬ, ਜੋ ਮੌਜੂਦਾ ਸਰਕਾਰ ਕਹਿ ਰਹੀ ਸੀ 13-0 ਦਾ ਨਾਰਾ ਲਾ ਰਹੀ ਸੀ, ਮੰਨਦੇ ਹੋ ਕਿ ਦੋਨੋਂ ਮੌਜੂਦਾ ਸਰਕਾਰ ਜਿਹੜਾ ਉਹ ਭੁਲੇਖਾ ਨਿਕਲ ਗਿਆ? ਬਿਲਕੁਲ, ਮੋਦੀ ਦਾ ਵੀ ਨਿਕਲ ਗਿਆ ਅਤੇ ਭਗਵੰਤ ਮਾਨ ਦਾ ਵੀ ਨਿਕਲ ਗਿਆ ਹੈਗਾ, ਜਿਹੜੀਆਂ ਮੇਰੇ ਖਿਆਲ 3 ਜਾਂ 4 ਸੀਟਾਂ 'ਤੇ ਉਹਨਾਂ ਦੀ ਤਿੰਨ ਸੀਟਾਂ ਜਿੱਤ ਪ੍ਰਾਪਤ ਹੋਈ ਹੈਗੀ ਹੈ। ਔਰ ਇੱਕ ਗੱਲ ਹੋਰ ਨੂੰ ਨੋਟ ਕਰਨ ਵਾਲੀ ਹੈ ਕਿ ਪੰਜਾਬ 'ਚ ਕੁਛ ਨਾ ਕੁਛ ਸੁਲਗਦਾ ਰਹਿੰਦਾ ਹੈਗਾ, ਜਿਹੜਾ ਸਰਬਜੀਤ ਸਿੰਘ ਜੀ ਦੇ ਅਤੇ ਅੰਮ੍ਰਿਤਪਾਲ ਦੀ ਜਿੱਤ ਦੇ ਰੂਪ ਸਾਹਮਣੇ ਆਇਆ, ਸੋ
ਪੰਜਾਬ ਨੂੰ ਇਸ ਇਹਨਾਂ ਮੁੱਦਿਆਂ ਬਾਰੇ ਵੀ ਸੰਬੋਧਿਤ ਹੋਣਾ ਪੈਣਾ ਕਿ ਜੋ ਲੋਕਾਂ 'ਚ ਇੱਕ ਭਟਕਾ ਲਗਾਤਾਰ ਚੱਲਦਾ ਪਿਆ, ਇੱਕ ਬੇਝਕੀਨੀ ਚੱਲਦੀ ਪਈ ਸੈਂਟਰ ਦੇ ਖਿਲਾਫ, ਇੱਕ ਬੇਝਕੀਨੀ ਚੱਲਦੀ ਪਈ ਮੌਜੂਦਾ ਇੰਡੀਆ ਦੇ ਖਿਲਾਫ, ਭਾਰਤੀ ਸੰਘ ਦੇ ਖਿਲਾਫ, ਉਹਨੂੰ ਸੰਬੋਧਿਤ ਹੋਣਾ ਪੈਣਾ ਹੈਗਾ ਤਾਂ ਕਿ ਪੰਜਾਬ 'ਚ ਕੋਈ ਵੀ ਮਤਲਬ ਆਉਣ ਵਾਲੇ ਸਮੇਂ 'ਚ ਕੋਈ ਮਤਲਬ ਇੱਦਾਂ ਦਾ ਕੋਈ ਸੰਗਠਨ ਜਾਂ ਕੋਈ ਤਾਕਤ ਜ਼ੋਰ ਨਾ ਫੜੇ ਜਿਹਦੇ ਨਾਲ ਪੰਜਾਬ ਦਾ ਭਾਈਚਾਰਾ, ਪੰਜਾਬ ਦੀ ਸ਼ਾਂਤੀ ਭੰਗ ਹੋਵੇ। ਅਤੇ ਮੈਂ ਸਮਝਦਾ ਕਿ ਉਹਨਾਂ ਦਾ ਸਾਨੂੰ ਹਰ ਇੱਕ ਉਸ ਬੰਦੇ ਦਾ ਵੈਲਕਮ ਕਰਨਾ ਚਾਹੀਦਾ ਜਿਹੜਾ ਜਮਹੂਰੀ ਪ੍ਰਕਿਰਿਆ ਦਾ ਦੁਆਰਾ ਚੁਣਿਆ ਗਿਆ, ਚਾਹੇ ਅੰਮ੍ਰਿਤਪਾਲ ਸਿੰਘ ਹੈਗੇ ਚਾਹੇ ਸਰਬਜੀਤ ਸਿੰਘ ਹੈਗੇ, ਮੈਂ ਦੋਹਾਂ ਦਾ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮਾਨੀ ਚੋਣ ਪ੍ਰਣਾਲੀ ਰਾਹੀਂ ਜਿੱਤ ਪ੍ਰਾਪਤ ਕੀਤੀ ਹੈ, ਉਹਨਾਂ ਲੋਕਾਂ ਦਾ ਫਤਵਾ ਹਾਸਲ ਕੀਤਾ, ਔਰ ਸਾਨੂੰ ਹਰ ਪਾਰਟੀ ਦੇ ਬੰਦੇ ਦਾ ਲੋਕਾਂ ਦਾ ਫਤਵੇ ਨੂੰ ਸਵੀਕਾਰ ਕਰਨਾ ਚਾਹੀਦਾ। ਬਿਲਕੁਲ, ਮੈਂ ਤਾਂ ਪਹਿਲੇ ਕਹਿੰਦਾ NSA ਹਟਾਈ ਜਾਵੇ ਔਰ ਦੂਜਾ ਉਹਨੂੰ ਡਿਬਰੂਗੜ੍ਹ ਤੋਂ ਵਾਪਸ ਲਿਆਂਦਾ ਜਾਵੇ। ਡਿਬਰੂਗੜ੍ਹ ਇੱਕ ਗੱਲ ਕੀ, ਡਿਬਰੂਗੜ੍ਹ ਪੰਜਾਬ 'ਚ ਕਿਉਂ ਨਹੀਂ, ਐਡੀ ਕਿਹੜੀ ਜ਼ੋਰ, ਮੈਂ ਹੋਰ ਕਿਹੜਾ ਦੱਸੋ ਕਿਹੜੇ ਰਾਜ ਦਾ ਜਿਹੜਾ ਮਤਲਬ ਜਿਹੜਾ ਇੱਦਾਂ ਤੱਤ ਹੈਗਾ ਉਹਨੂੰ ਆਪਣੇ ਰਾਜ ਤੋਂ ਬਾਹਰ ਭੇਜਦੇ। ਅਸਲ 'ਚ ਉਹ ਇੱਕ ਵੱਡੀ ਗੇਮ ਦਾ ਹਿੱਸਾ ਹੈਗਾ, ਉਹ ਗੇਮ ਕੀ ਹੈ ਮੈਂ ਤੁਹਾਨੂੰ ਬਾਅਦ 'ਚ ਅਨਫੋਲਡ ਕਰੂੰਗਾ। ਅਤੇ ਇਹ ਸਾਰਾ ਕੁਛ ਨਹੀਂ ਹੋਣਾ ਚਾਹੀਦਾ, ਅਤੇ ਪੰਜਾਬ ਵਿੱਚ ਹਰ ਉਸ ਫਤਵੇ ਦਾ ਸਵੀਕਾਰ ਕਰਨਾ ਚਾਹੀਦਾ ਜੋ ਲੋਕਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਵਿਸ਼ੇਸ਼ ਹੱਕ ਦੇ ਦਿੱਤਾ। ਥੈਂਕ ਯੂ।